ਹੰਦ ਦੇ ਨੈਟਵਰਕ ਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਦੋ ਖਬਰਾਂ ਲੈ ਕੇ ਹਾਜ਼ਰ ਆਇਆ ਇਹ ਖਬਰਾਂ ਦੋਨੋਂ ਕੈਲਗਰੀ ਸ਼ਹਿਰ ਤੋਂ ਆ ਇੱਕ ਖਬਰ ਇਹ ਆ ਕਿ ਉੱਥੇ ਇੱਕ ਘਰ ਦੇ ਵਿੱਚ ਅੱਗ ਲੱਗੀ ਜੀ ਇਹ ਹੈਗਾ ਗਲੈਨ ਬਰੋਕ ਨੇਬਰਹੂਡ ਆ ਜਦੋਂ ਉੱਥੇ ਇਹ ਅੱਧੀ ਰਾਤ ਦੇ ਨੇੜੇ ਤੇੜੇ ਦੀ ਗੱਲ ਆ ਜੀ ਫਾਇਰ ਡਿਪਾਰਟਮੈਂਟ ਨੂੰ ਫੋਨ ਕਾਲ ਜਾਂਦੀ ਆ ਤੇ ਫਾਇਰ ਡਿਪਾਰਟਮੈਂਟ ਉੱਥੇ ਜਦ ਤੱਕ ਪਹੁੰਚਦਾ ਤੇ ਕੀ ਦੇਖਦਾ ਹੈ ਕਿ ਇੱਕ ਜਿਹੜਾ ਨੇਬਰ ਆ ਉਸ ਘਰ ਦਾ ਗੁਆਂਢੀ ਉਹ ਉਹਨਾਂ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ ਤੇ ਜਿਹੜੇ ਜੀ ਫਾਇਰ ਡਿਪਾਰਟਮੈਂਟ ਜਦੋਂ ਬੇਸਮੈਂਟ ਵਿੱਚ ਜਾਂਦੇ ਆ ਤਾਂ ਉਹ ਇੱਕ ਹੋਰ ਵਿਅਕਤੀ ਉਹਨਾਂ ਨੂੰ ਉੱਥੋਂ ਮਿਲਦਾ ਹੈਗਾ ਇਸ ਤਰ੍ਹਾਂ ਹੋਇਆ ਕੀ ਹੈ ਜੀ ਵੀ ਦੋ ਵਿਅਕਤੀ ਜਿਹੜੇ ਆ ਉਹਨਾਂ ਦਾ ਤਾਂ ਬਚਾਅ ਹੋ ਗਿਆ ਤੇ ਦੋ ਵਿਅਕਤੀ ਜਿਹੜੇ ਆ ਇਸ ਅੱਗ ਵਿੱਚ ਮਾਰੇ ਗਏ ਨੇ ਇਕ ਗਲੈਨਬਰੋਕ ਏਰੀਆ ਕੈਲਗਰੀ ਦਾ ਜਿੱਥੇ ਇਹ ਘਟਨਾ ਵਾਪਰੀ ਆ ਤੇ ਇਹਦਾ ਕਾਰਨ ਜਿਹੜਾ ਜੀ ਉਹ ਹਜੇ ਲੱਭ ਰਹੇ ਨੇ ਕਿ ਅੱਗ ਲੱਗੀ ਕਿਉਂ ਅੱਛਾ ਜੀ ਦੂਜੀ ਖਬਰ ਜਿਹੜੀ ਆ ਉਹ ਇੱਕ ਪੁਲਿਸ ਆਫੀਸਰ ਦੀ ਆ ਕਾਂਸਟੇਬਲ ਐਲੈਕਸ ਡਨ ਦੀ ਜਿਹਨੇ 2017 ਦੇ ਵਿੱਚ ਇੱਕ ਔਰਤ ਡਾਲੀਆ ਕਾਫੀ ਨਾਂ ਦੀ ਜਿਹੜੀ ਸੀ ਜੀ ਉਹਨੂੰ ਉਹਨੇ ਫੜਿਆ ਸੀਗਾ ਕਿਉਂਕਿ ਉਹਨੇ ਕਰਫਿਊ ਜਿਹੜਾ ਸੀ ਉਹਦੀ ਉਲੰਘਣਾ ਕੀਤੀ ਸੀਗੀ ਤੇ ਉਹਨੂੰ ਲੈ ਕੇ ਹੇ ਪੁਲਿਸ ਸਟੇਸ਼ਨ ਪਹੁੰਚਿਆ ਉਥੇ ਕੀ ਹੁੰਦਾ ਕਿ ਕੈਮਰੇ ਤੇ ਇਹਦੀ ਵੀਡੀਓ ਬਣੀ ਹੈ ਜਿੱਥੇ ਪਤਾ ਲੱਗਾ ਕਿ ਉਹਨੇ ਡਾਲੀਆ ਕੈਫੀ ਦੇ ਹੱਥ ਪਿੱਛੇ ਬੰਨੇ ਹੋਏ ਸੀ ਔਰ ਮਗਰੋਂ ਉਹਨੂੰ ਥੱਲੇ ਸਿੱਟ ਕੇ ਜਿੱਦਾਂ ਉਹਦੇ ਨਾਲ ਸਲੂਕ ਕੀਤਾ ਅਸਾਲਟ ਕੀਤੀ ਹੈ ਔਰ ਉਹਦਾ ਖੂਨ ਵਹਿ ਰਿਹਾ ਸੀਗਾ ਕਿਉਂਕਿ ਉਹਦਾ ਚਿਹਰਾ ਥੱਲੇ ਛੱਟ ਲੱਗੀ ਤੇ ਉਹਦੇ ਨਾਲ ਖੂਨ ਵਹਿ ਰਿਹਾ ਹੈ ਤੇ ਉਹ ਸਾਰੀ ਗੱਲਬਾਤ ਵੀਡੀਓ ਤੇ ਆ ਗਈ ਔਰ ਉਹਦੇ ਤੇ ਇਹਨੂੰ ਇਹਦੇ ਤੇ ਕੇਸ ਚਲਾਇਆ ਗਿਆ ਜੀ ਔਰ ਉਹਦੇ ਵਿੱਚ ਇਹਨੂੰ ਦੋਸ਼ੀ ਪਾਇਆ ਗਿਆ ਕਿ ਇਹਨੇ ਜਿਹੜੀ ਜ਼ਿਆਤੀ ਕੀਤੀ ਆ ਡਾਲੀਆ ਕੈਫੀ ਦੇ ਨਾਲ ਹੋਇਆ ਕੀ ਜੀ ਜਿਹੜਾ ਪਹਿਲਾ ਕੇਸ ਜਦੋਂ ਚੱਲਿਆ ਹੈਗਾ ਉਹਦੇ ਵਿੱਚ ਜੱਜ ਨੇ ਜਿਹੜਾ ਇਹਨਾਂ ਨੂੰ ਸਜ਼ਾ ਦਿੱਤੀ ਅ ਔਰ ਬਾਅਦ ਵਿੱਚ ਇਹਨੇ ਉਹ ਜਿਹੜਾ ਅਪੀਲ ਕਰ ਦਿੱਤੀ ਅਛਾ ਅਪੀਲ ਕਰਨ ਤੋਂ ਬਾਅਦ ਹੁਣ ਜਿਹੜਾ ਦੁਬਾਰਾ ਕੇਸ ਜੀ ਇਹਦਾ ਚੱਲਿਆ ਉਹਦੇ ਵਿੱਚ ਇਹਨੂੰ ਜਿਹੜੀ ਕੈਦ ਦੀ ਸਜ਼ਾ ਨਹੀਂ ਹੋ ਰਹੀ ਜਾਨੀ ਇਹਨੂੰ ਜੇਲ ਨਹੀਂ ਭੇਜਿਆ ਜਾ ਰਿਹਾ ਜੱਜ ਦਾ ਇਹ ਕਹਿਣਾ ਆ ਕਿ ਇਹ ਆਲਰੇਡੀ ਜਿਹੜੀ ਸਜ਼ਾ ਹੈ ਆਪਣੀ ਇਹ ਪੂਰੀ ਕਰ ਚੁੱਕਾ ਪਰ ਇਸ ਤਰੀਕੇ ਦੇ ਨਾਲ ਇਹ ਨਹੀਂ ਕਹਿੰਦੀ ਵੀ ਜਿਹੜਾ ਇਹਨੇ ਜੁਰਮ ਕੀਤਾ ਮੈਂ ਉਹਦੀ ਜਿਹੜੀ ਆ ਵੇਟੇਜ ਕੁਝ ਘਟਾ ਰਹੀ ਆ ਪਰ ਜੋ ਇਹਨੇ ਕੀਤਾ ਵੀ ਇਹਨੂੰ ਇਹ ਕਰਨਾ ਨਹੀਂ ਸੀ ਚਾਹੀਦਾ ਜਿਹੜਾ ਕੋਈ ਵੀ ਵਿਅਕਤੀ ਜਿਹਦੇ ਕੋਲ ਅ ਅਥਾਰਟੀ ਹੈਗੀ ਆ ਉਹਨੂੰ ਇਹ ਇਸ ਤਰ੍ਹਾਂ ਜਿਹੜੀ ਕੋਈ ਵੀ ਉਸ ਉਹਦਾ ਦੁਰਉਪਯੋਗ ਜਿਹੜਾ ਨਹੀਂ ਕਰਨਾ ਚਾਹੀਦਾ ਅ ਡਾਲੀਆ ਕਾਫੀ ਜਿਹੜੀ ਸੀ ਜੀ ਉਹਦੀ 2121 ਦੇ ਵਿੱਚ ਮੌਤ ਹੋ ਜਾਂਦੀ ਆ ਓਵਰਡੋਸ ਦੇ ਨਾਲ ਅ ਪਰ ਜਿਹੜਾ ਇਹਦਾ ਵਕੀਲ ਆ ਐਲੈਕਸ ਡਨ ਦਾ ਉਹ ਕਹਿ ਰਿਹਾ ਜੀ ਵੀ ਦੇਖੋ ਮੇਰਾ ਜਿਹੜਾ ਕਲਾਇੰਟ ਆ ਉਹ ਇੰਨੇ ਸਾਲ ਹੋ ਗਏ ਨੇ 217 ਤੋਂ ਕੇਸ ਚੱਲਿਆ ਆ ਰਿਹਾ ਔਰ ਇਹਨੇ ਪੂਰੀ ਸਜ਼ਾ ਭੋਗਤ ਲਈ ਆ ਅੱਜ ਕੱਲ ਵੀ ਉਹ ਕਹਿੰਦਾ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਨੇ ਵਾਈਲਡ ਫਾਇਰ ਉਹ ਅੱਗਾਂ ਬੁਝਾਉਣ ਗਿਆ ਹੋਇਆ ਲਾ ਐਨਫੋਰਸਮੈਂਟ ਦੇ ਵਿੱਚ ਉਹ ਨੌਕਰੀ ਕਰਨੀ ਚਾਹੁੰਦਾ ਸੀ ਜਿਹੜੀ ਉਹ ਇਸ ਵੇਲੇ ਕੰਪਲੀਟ ਨਹੀਂ ਕਰ ਸਕਿਆ ਸੋ ਇਸ ਤਰ੍ਹਾਂ ਦੇ ਉਹਨੇ ਸੁਝਾਅ ਦਿੱਤੇ ਆ ਪਰ ਜੱਜ ਨੇ ਉਹਨੂੰ ਜੇਲ੍ਹ ਦੀ ਸਜ਼ਾ ਨਹੀਂ ਜੀ ਦਿੱਤੀ ਉਹਨੂੰ ਜਿਹੜਾ ਵੀ ਇੰਨਾ ਹੀ ਉਹ ਕਹਿੰਦੇ ਵੀ ਜਿਹੜੀ ਪਹਿਲਾਂ ਉਹ ਸਜ਼ਾ ਕੱਟ ਚੁੱਕਾ ਹੈ ਜਿਹੜੇ ਪਹਿਲੇ ਜੱਜ ਨੇ ਦਿੱਤੀ ਸੀਗੀ ਉਹ ਹੀ ਹੁਣ ਉਹ ਉਹਦੇ ਲਈ ਕਾਫੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਨਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ